ਵੈਲਕਮ ਸਟੂਡੈਂਟਸ ਟੂ ਸੀਕੁਐਂਸ ਐਂਡ ਸੀਰੀਜ਼ ਲੈਕਚਰ 3। ਅਗਲੇ ਲੈਕਚਰ ਵਿੱਚ ਮੈਂ ਕੀ ਕਵਰ ਕਰੂੰਗਾ, ਕੁਛ 4-5 ਡਾਊਟ ਭੇਜੇ ਸੀ ਮੈਨੂੰ ਸਟੂਡੈਂਟਸ ਨੇ ਔਨਲਾਈਨ, ਬਹੁਤ ਹੀ ਵਧੀਆ ਕੁਸ਼ਚਨ। ਉਹਦੇ ਨਾਲ ਆਪਣੇ ਕੀ ਹੈ ਜੋ ਆਪਾਂ ਪੜ੍ਹਿਆ ਇੱਕ ਤਾਂ ਵਧੀਆ ਤਰੀਕੇ ਨਾਲ ਅਪਲਾਈ ਹੋ ਜਾਊਗਾ। ਸਭ ਤੋਂ ਪਹਿਲਾਂ ਅਗਲੇ ਲੈਕਚਰ ਮੈਂ 2 ਪਾਰਟਸ ਡਿਵਾਈਡ ਕਰੂੰਗਾ। ਇੱਕ ਵੀਡੀਓ ਵਿੱਚ ਤਾਂ ਆਪਾਂ ਡਾਊਟਸ ਕਵਰ ਕਰਾਂਗੇ, ਜਿਹ 'ਚ ਸਿਰਫ 4 ਕੁਸ਼ਚਨ ਕਰੂੰਗਾ। ਉਸ ਤੋਂ ਬਾਅਦ ਜਿਹੜਾ ਅਗਲਾ ਪਾਰਟ ਹੋਊਗਾ ਅਗਲੇ ਲੈਕਚਰ ਦਾ, ਉਹਦੇ 'ਚ ਮੈਂ ਕਵਰ ਕਰੂੰਗਾ ਕੰਪਾਊਂਡ ਇੰਟਰਸਟ। ਕੰਪਾਊਂਡ ਇੰਟਰਸਟ ਕਮਰਸ ਵਾਲੇ ਬੱਚੇ ਹੈ ਉਹ ਵੀ ਸੁਣ ਸਕਦੇ ਹੈ, ਚਾਹੇ ਮੈਥ ਹੈਗਾ ਨਹੀਂ ਹੈਗਾ। ਬਹੁਤ ਹੀ ਇੱਕ ਪ੍ਰੈਕਟੀਕਲ ਤਰੀਕੇ ਨਾਲ ਪੜ੍ਹਾਊਂਗਾ ਕਿ ਕੰਪਾਊਂਡ ਇੰਟਰਸਟ ਕਿਵੇਂ ਅਪਲਾਈ ਹੁੰਦਾ। ਉਸ ਤੋਂ ਬਾਅਦ ਕੰਪਾਊਂਡ ਇੰਟਰਸਟ ਦੀ ਆਪਾਂ ਥੋੜ੍ਹੀ ਡਾਇਮੈਂਸ਼ਨਸ ਦੇਖਾਂਗੇ। ਡਾਇਮੈਂਸ਼ਨਸ ਕੀ ਹੋ ਗਿਆ ਕਿ ਕੰਪਾਊਂਡ ਇੰਟਰਸਟ ਇਨਡਾਇਰੈਕਟਲੀ ਕਿੱਥੇ ਕਿੱਥੇ ਯੂਜ਼ ਹੁੰਦਾ, ਪਾਪੂਲੇਸ਼ਨ ਇਨਕਰੀਜ਼। ਇੱਕ ਤੁਹਾਨੂੰ ਮੈਂ ਹੋਰ ਦੱਸਿਆ ਜਿੱਦਾਂ ਮੇਰਾ ਫਸਟ ਲੈਕਚਰ ਸੀਗਾ, ਡੈਪਰੀਸੀਏਸ਼ਨ ਵਗੈਰਾ, ਜਿਹੜਾ ਆਪਣਾ ਇੰਡਸਟਰੀਅਲ ਸੈਕਟਰ ਵਿੱਚ ਬਹੁਤ ਯੂਜ਼ ਹੁੰਦੀ ਹੈ ਟਰਮ ਓਵਲੀ ਚੀਜ਼। ਚਲੋ ਆਪਾਂ ਪਹਿਲਾਂ ਸਟਾਰਟ ਕਰਦੇ ਹਾਂ ਡਾਊਟਸ ਤੋਂ। ਸਭ ਤੋਂ ਪਹਿਲਾ ਕੁਸ਼ਚਨ ਹੈਗਾ ਗਾ, ਫਸਟ ਕੁਸ਼ਚਨ ਹੈਗਾ, ਇਫ ਪੀਅਥ ਟਰਮ ਆਫ ਜੀ ਪੀ ਇਜ਼ ਕੈਪੀਟਲ ਪੀ ਐਂਡ ਕਿਊਅਥ ਟਰਮ ਆਫ ਜੀ ਪੀ ਇਜ਼ ਕੈਪੀਟਲ ਕਿਊ, ਪ੍ਰੂਵ ਡੈਟ ਐਨਥ ਟਰਮ ਇਜ਼ ਇਕੁਅਲ ਟੂ ਪੀ ਅਪੋਨ ਕਿਊ, ਪੀ ਦੀ ਪਾਵਰ ਐਨ ਮਾਈਨਸ ਕਿਊ, ਕਿਊ ਦੀ ਪਾਵਰ ਐਨ ਮਾਈਨਸ ਪੀ, ਦੀ ਹੋਲ ਪਾਵਰ 1 ਅਪੋਨ ਪੀ ਮਾਈਨਸ ਕਿਊ। ਹੁਣ ਜੇ ਆਪਾਂ ਦੇਖੀਏ ਕਾਫੀ ਬੱਚੇ ਇਹੋ ਜਿਹੇ ਕੁਸ਼ਚਨਸ ਦੇਖ ਕੇ ਹੀ ਛੱਡ ਦੇਣਗੇ। ਕਾਫੀ ਬੱਚੇ ਜੇ ਆਪਾਂ ਦੇਖੀਏ ਇਹੋ ਜਿਹੇ ਕੁਸ਼ਚਨ ਦੇਖ ਕੇ ਹੀ ਛੱਡ ਦੇਣਗੇ। ਕਿਉਂ ਦੇਖ ਕੇ ਛੱਡ ਦੇਣਗੇ? ਕਿਉਂਕਿ ਆਪਲੇ ਕੁਸ਼ਚਨਸ ਵਿੱਚ ਤੁਹਾਨੂੰ ਲੱਗੂਗਾ ਪਾਵਰਸ ਵਗੈਰਾ ਆ ਗਈਆਂ, ਇਹ 'ਚ ਤਾਂ ਮੈਂ ਕਨਫਿਊਜ਼ ਹੋ ਜੂੰ। ਪਰ ਜੇ ਆਪਾਂ ਦੇਖੀਏ ਜਿਹੜੇ ਆਪਲੇ ਕੁਸ਼ਚਨ ਹੁੰਦੇ ਹੈਗੇ ਸਭ ਤੋਂ ਈਜ਼ੀ ਹੁੰਦੇ ਹੈ, ਇਹਨਾਂ 'ਚ ਕੋਈ ਕਨਫਿਊਜ਼ਨ ਵਾਲੀ ਗੱਲ ਨਹੀਂ ਹੈਗੀ। ਇੱਕ ਸਿੰਪਲ ਜਿਹਾ ਮੈਥਡ ਦੱਸੂੰ, ਤੁਸੀਂ ਉਹ ਫੋਲੋ ਕਰਨਾ। ਉਸ ਤੋਂ ਪਹਿਲਾਂ ਕੁਛ ਬੇਸਿਕਸ ਕਲੀਅਰ ਹੋਣੇ ਚਾਹੀਦੇ ਹੈ, ਜਿਵੇਂ ਏ ਪਾਵਰ ਐੱਮ ਇੰਟੂ ਏ ਪਾਵਰ ਐੱਨ, ਪਾਵਰਸ ਕੀ ਹੋ ਜਾਂਦੀਆਂ ਐਡ। ਏ ਪਾਵਰ ਐੱਮ ਅਪੋਨ ਏ ਪਾਵਰ ਐੱਨ, ਪਾਵਰਸ ਕੀ ਹੋ ਜਾਂਦੀਆਂ ਸਬਟ੍ਰੈਕਟ। ਏ ਪਾਵਰ ਐੱਮ ਦੀ ਪਾਵਰ ਐੱਨ, ਪਾਵਰਸ ਕੀ ਹੋ ਜਾਣਗੀਆਂ ਮਲਟੀਪਲਾਈ। ਇੱਕ ਹੋਰ, ਏ ਦੀ ਪਾਵਰ ਜੇ ਮਾਈਨਸ ਐੱਮ ਹੈ ਤਾਂ ਰੈਸੀਪ੍ਰੋਕਲ ਹੋ ਜੂ, ਪਾਵਰ ਪੋਜ਼ਿਟਿਵ ਹੋ ਜੂ। ਆਹ ਚੀਜ਼ਾਂ ਜੇ ਧਿਆਨ ਵਿੱਚ ਹੈਗੀਆਂ, ਆਹ ਕੁਸ਼ਚਨ ਤੁਹਾਨੂੰ ਬਹੁਤ ਆਸਾਨ ਲੱਗਣਗੇ। ਬਸ ਯਾਦ ਕੀ ਰੱਖਣਾ ਹੈਗਾ, ਕੈਲਕੂਲੇਸ਼ਨ ਮਿਸਟੇਕ ਨਾ ਕਰੀਓ। ਤੁਹਾਨੂੰ ਮੈਥਡ ਸਮਝਾਉਣਾ। ਹੁਣ ਆਪਾਂ ਕੀ ਲੱਭਣੀ ਹੈ? ਐਨਥ ਟਰਮ। ਜਦੋਂ ਮੈਨੂੰ ਐਨਥ ਟਰਮ ਚਾਹੀਦੀ ਹੈ, ਮੈਨੂੰ ਕੀ ਚਾਹੀਦੀ ਹੈ? ਫਸਟ ਟਰਮ ਚਾਹੀਦੀ ਹੈ ਅਤੇ ਕੋਮਨ ਰੇਸ਼ੋ ਚਾਹੀਦੀ ਹੈ, ਕਿਉਂਕਿ ਏ ਪੀ ਦੀ ਐਨਥ ਟਰਮ ਹੁੰਦੀ ਕੀ ਹੈ? ਏ ਇੰਟੂ ਆਰ ਦੀ ਪਾਵਰ ਐਨ ਮਾਈਨਸ 1। ਮੈਨੂੰ ਫਸਟ ਟਰਮ ਚਾਹੀਦੀ ਹੈ ਅਤੇ ਕੋਮਨ ਰੇਸ਼ੋ ਚਾਹੀਦੀ ਹੈ। ਹੁਣ ਮੈਂ ਸਾਰੀ ਐਨਰਜੀ ਆਪਣੀ ਉਹ ਲੱਭਣ 'ਤੇ ਲਗਾਊਂਗਾ। ਹਾਂਜੀ, ਹੁਣ ਪੀਅਥ ਟਰਮ ਉਹ ਕੀ ਹੋਊਗੀ? ਏ ਇੰਟੂ ਆਰ ਦੀ ਪਾਵਰ ਪੀ ਮਾਈਨਸ 1। ਕਿਊਅਥ ਟਰਮ ਉਹ ਕੀ ਹੋਊਗੀ? ਏ ਇੰਟੂ ਆਰ ਦੀ ਪਾਵਰ ਕਿਊ ਮਾਈਨਸ 1। ਹੁਣ ਜੇ ਆਪਾਂ ਦੇਖੀਏ ਆਹ ਦੋ ਇਕੁਏਸ਼ਨ ਹੈ ਆਪਣੇ ਕੋਲ, ਵੇਰੀਏਬਲ ਵੀ ਕਿੰਨੇ ਹੈ? ਦੋ। ਇੱਕ ਤਾਂ ਮੈਂ ਏ ਲੱਭਣਾ, ਇੱਕ ਮੈਂ ਆਰ ਲੱਭਣਾ।
ਦੋ ਇਕੁਏਸ਼ਨਸ ਦੋ ਵੇਰੀਏਬਲ ਆਪਣਾ ਨਿਕਲ ਜਾਊਗੀ ਉਹ ਚੀਜ਼ ਕਿਵੇਂ ਨਿਕਲੂਗੀ ਪਹਿਲਾਂ ਫਸਟ ਅਤੇ ਸੈਕਿੰਡ ਇਕੁਏਸ਼ਨ ਨੂੰ ਡਿਵਾਈਡ ਕਰ ਦਿਉ ਹੁਣ ਮੈਂ ਫਸਟ ਅਤੇ ਸੈਕਿੰਡ ਇਕੁਏਸ਼ਨ ਡਿਵਾਈਡ ਕਿਉਂ ਕੀਤੀ ਹੈ ਕਿਉਂਕਿ ਜਦੋਂ ਮੈਂ ਇਕੁਏਸ਼ਨਸ ਡਿਵਾਈਡ ਕਰੂੰਗਾ ਏ ਨਾਲ ਏ ਕੈਂਸਲ ਹੋ ਜੂ ਆਰ ਦੀ ਪਾਵਰ ਪੀ ਮਾਈਨਸ ਵਨ ਅਪੋਨ ਆਰ ਦੀ ਪਾਵਰ ਕਿਊ ਮਾਈਨਸ ਵਨ ਹੁਣ ਜੇ ਮੈਂ ਦੇਖਾਂ ਆਰ ਦੀ ਪਾਵਰ ਪੀ ਮਾਈਨਸ ਵਨ ਅਪੋਨ ਆਰ ਦੀ ਪਾਵਰ ਕਿਊ ਮਾਈਨਸ ਵਨ ਆਪਲੀ ਪ੍ਰੋਪਰਟੀ ਯੂਜ਼ ਕਰੂੰ ਐਨ ਉੱਪਰ ਰਹਿ ਕੇ ਕੀ ਹੋ ਜੂਗਾ ਮਾਈਨਸ ਮਾਈਨਸ ਪਰ ਨਾਲ ਕੀ ਪਊਗੀ ਬ੍ਰੈਕਿਟ ਕਿਉਂਕਿ ਦੋਨਾਂ ਦੇ ਸਾਈਨ ਚੇਂਜ ਹੋਣਗੇ ਇੱਥੇ ਗਲਤੀ ਨਾ ਕਰੀਓ ਜਦੋਂ ਵੀ ਦੋ ਟਰਮਸ ਹੈ ਉੱਪਰ ਰਹਿ ਕੇ ਮਾਈਨਸ ਕਰਨਾ ਮੂਹਰੇ ਬ੍ਰੈਕਿਟ ਪਾਈਓ ਹੁਣ ਇਹ ਕੀ ਬਣ ਜੂ ਪੀ ਮਾਈਨਸ ਵਨ ਮਾਈਨਸ ਕਿਊ ਮਾਈਨਸ ਮਾਈਨਸ ਪਲੱਸ ਵਨ ਮਾਈਨਸ ਵਨ ਨਾਲ ਵਨ ਕੱਟਿਆ ਜਾਊ ਕੀ ਆ ਜੂਗਾ ਆਪਣੇ ਕੋਲ ਆਰ ਦੀ ਪਾਵਰ ਪੀ ਮਾਈਨਸ ਕਿਊ ਕਿਹਦੇ ਕੋਲ ਆ ਜੂ ਪੀ ਅਪੋਨ ਕਿਊ ਹੁਣ ਇੱਥੋਂ ਆਰ ਕੀ ਆ ਜੂ ਹੁਣ ਸਪੋਜ਼ ਕਰੋ ਏ ਪਾਵਰ ਐਨ ਇਜ਼ ਇਕੁਅਲ ਟੂ ਬੀ ਹੈ ਤਾਂ ਏ ਕੀ ਹੁੰਦਾ ਬੀ ਦੀ ਪਾਵਰ ਵਨ ਬਾਏ ਐਨ ਆਰ ਕੀ ਆ ਜੂਗਾ ਪੀ ਅਪੋਨ ਕਿਊ ਦੀ ਪਾਵਰ ਵਨ ਅਪੋਨ ਪੀ ਮਾਈਨਸ ਕਿਊ ਹੁਣ ਮੈਨੂੰ ਪਤਾ ਲੱਗ ਰਿਹਾ ਮੈਂ ਸਹੀ ਜਾ ਰਿਹਾ ਕਿ ਨਹੀਂ ਜਾ ਰਿਹਾ ਸਹੀ ਜਾ ਰਿਹਾ ਕਿਉਂਕਿ ਆਪਾਂ ਨੂੰ ਇੱਥੇ ਵਨ ਪੁਆਇੰਟ ਪੀ ਮਾਈਨਸ ਕਿਊ ਚਾਹੀਦਾ ਸੀ ਉਹ ਜਿਹਾ ਕੁਛ ਬਣ ਗਿਆ ਇੱਕ ਵਾਰ ਖੁਸ਼ ਹੋ ਜਾ ਕਰੋ ਇਹ ਜੀ ਚੀਜ਼ ਦੇਖ ਕੇ ਉਸ ਤੋਂ ਬਾਅਦ ਆਰ ਦੀ ਵੈਲਿਊ ਆ ਗਈ ਇਹਨੂੰ ਫਸਟ ਜਾਂ ਸੈਕਿੰਡ ਇਕੁਏਸ਼ਨ ਕਿਤੇ ਮਰਜ਼ੀ ਪੁੱਟ ਕਰ ਲਓ ਉੱਥੋਂ ਕਿਹਦੀ ਵੈਲਿਊ ਕੱਢ ਲਓ ਏ ਦੀ ਮੈਂ ਪੁੱਟ ਕਰਦਾ ਇੱਕ ਵਾਰ ਫਸਟ ਇਕੁਏਸ਼ਨ 'ਚ ਤੁਸੀਂ ਘਰ ਬਹਿ ਕੇ ਪੁੱਟ ਕਰਕੇ ਦੇਖਿਓ ਸੈਕਿੰਡ ਇਕੁਏਸ਼ਨ ਵਿੱਚ ਚਲੋ ਫਸਟ ਇਕੁਏਸ਼ਨ 'ਚ ਪੁੱਟ ਕਰਦੇ ਆਰ ਦੀ ਵੈਲਿਊ ਕਿੰਨਾ ਪੀ ਅਪੋਨ ਕਿਊ ਦੀ ਪਾਵਰ ਵਨ ਪੁਆਇੰਟ ਪੀ ਮਾਈਨਸ ਕਿਊ ਏ ਦੀ ਪਾਵਰ ਕਿੰਨੀ ਹੈ ਪੀ ਮਾਈਨਸ ਵਨ ਹੁਣ ਇਹ ਕਿਹੜੀ ਪ੍ਰੋਪਰਟੀ ਲੱਗ ਗਈ ਏ ਦੀ ਪਾਵਰ ਐੱਮ ਉਹਦੀ ਪਾਵਰ ਐੱਨ ਦੋਨੋਂ ਪਾਵਰਸ ਕੀ ਹੋਣਗੀਆਂ ਮਲਟੀਪਲਾਈ ਕੀ ਆ ਜੂਗਾ ਏ ਇੰਟੂ ਗੱਲ ਕਲੀਅਰ ਹੈ ਜੀ ਅੱਗੇ ਆਹ ਚੀਜ਼ ਉੱਧਰ ਚਲੀ ਜਾਊ ਹੁਣ ਕਿਉਂ ਉੱਪਰ ਵੱਗ ਜੂ ਪੀ ਨੀਚੇ ਚਲਾ ਜਾਊਗਾ ਪਾਵਰ ਸੇਮ ਰਹੂਗੀ ਦੋਨਾਂ ਦੀ ਏ ਇੰਟੂ ਏ ਇਜ਼ ਇਕੁਅਲ ਟੂ ਸੋਰੀ ਪੀ ਇੰਟੂ ਕਿਊ ਅਪੋਨ ਪੀ ਉਹਦੀ ਪਾਵਰ ਪੀ ਮਾਈਨਸ ਵਨ ਅਪੋਨ ਪੀ ਮਾਈਨਸ ਕਿਊ ਪੀ ਮਾਈਨਸ ਵਨ ਅਪੋਨ ਪੀ ਮਾਈਨਸ ਕਿਊ ਆਹ ਮੇਰੇ ਕੋਲ ਏ ਆ ਗਿਆ ਆਹ ਮੇਰੇ ਕੋਲ ਆਰ ਆ ਗਿਆ ਹੁਣ ਮੈਂ ਕੀ ਲੱਭਣੀ ਹੈ ਐਨਸ ਟਰਮ ਐਨਸ ਟਰਮ ਕੀ ਸੀ ਏ ਇੰਟੂ ਆਰ ਦੀ ਪਾਵਰ ਐਨ ਮਾਈਨਸ ਵਨ ਏ ਕਿੰਨਾ ਆ ਗਿਆ ਸੀ ਮੇਰਾ ਪੀ ਇੰਟੂ ਕਿਊ ਅਪੋਨ ਪੀ ਪੀ ਮਾਈਨਸ ਵਨ ਅਪੋਨ ਪੀ ਮਾਈਨਸ ਕਿਊ ਇੰਟੂ ਆਰ ਕਿੰਨਾ ਆ ਗਿਆ ਸੀ ਪੀ ਅਪੋਨ ਕਿਊ ਇਹਦੀ ਪਾਵਰ ਵਨ ਅਪੋਨ ਪੀ ਮਾਈਨਸ ਕਿਊ ਕਲੀਅਰ ਹੈ ਜੀ ਹਾਂਜੀ ਹੁਣ ਕੁਛ ਨਹੀਂ ਅਲੱਗ ਅਲੱਗ ਕਰ ਦਿਓ ਸਾਰਾ ਕੁਛ ਪੀ ਇੰਟੂ ਕਿਊ ਦੀ ਪਾਵਰ ਪੀ ਮਾਈਨਸ ਵਨ ਅਪੋਨ ਪੀ ਮਾਈਨਸ ਕਿਊ ਇੰਟੂ ਪੀ ਦੀ ਪਾਵਰ ਵਨ ਅਪੋਨ ਪੀ ਮਾਈਨਸ ਕਿਊ ਅਪੋਨ ਪੀ ਦੀ ਪਾਵਰ ਪੀ ਮਾਈਨਸ ਵਨ ਅਪੋਨ ਪੀ ਮਾਈਨਸ ਕਿਊ ਇੰਟੂ ਕਿਊ ਦੀ ਪਾਵਰ ਵਨ ਅਪੋਨ ਪੀ ਮਾਈਨਸ ਕਿਊ ਇਜ਼ ਇਕੁਅਲ ਟੂ
ਹੁਣ ਦੇਖੋ ਧਿਆਨ ਨਾਲ, ਜੇ ਐਂ ਹੋਵੇ ਏ ਦੀ ਪਾਵਰ ਐਮ ਏ ਦੀ ਪਾਵਰ ਐਨ ਅਪੋਨ ਏ ਦੀ ਪਾਵਰ ਸਪੋਜ਼ ਕਰ ਲਓ ਓ, ਕੀ ਆ ਜੂਗਾ ਇਹ ਏ ਦੀ ਪਾਵਰ ਐਮ ਪਲੱਸ ਐਨ, ਓ ਉੱਪਰ ਆ ਕੀ ਹੋਊਗਾ ਮਾਈਨਸ। ਹੁਣ ਇੱਥੇ ਵੀ ਆਪਾਂ ਆਹੀ ਚੀਜ਼ ਅਪਲਾਈ ਕਰਾਂਗੇ, ਪੀ ਦੀ ਪਾਵਰ ਵਨ ਪਲੱਸ ਆਹ ਚੀਜ਼ ਕੀ ਹੋ ਜੂਗੀ ਐਡ, ਅਤੇ ਆਵਲੀ ਚੀਜ਼ ਉੱਪਰ ਆ ਕੀ ਹੋ ਜੂਗੀ ਮਾਈਨਸ ਵਿਦ ਬ੍ਰੈਕਟ। ਕਲੀਅਰ ਹੈ? ਇੰਟੂ ਰੱਬ ਕਰ ਦੇਣਾ ਮੈਂ, ਕਿਉਂਕਿ ਆਪਾਂ ਨੂੰ ਹੁਣ ਇਹ ਚੀਜ਼ ਧਿਆਨ 'ਚ ਆਈ ਗਈ। ਇਹ ਤਾਂ ਆ ਗਈ ਪੀ ਦੀ ਪਾਵਰ ਸਾਰੀ, ਇੰਟੂ ਕਿਊ ਦੀ ਪਾਵਰ ਪੀ ਮਾਈਨਸ ਵਨ ਅਪੋਨ ਪੀ ਮਾਈਨਸ ਕਿਊ, ਪਲੱਸ ਹੋਊਗਾ ਮਾਈਨਸ ਹੋਊਗਾ, ਮਾਈਨਸ ਹੋਊਗਾ ਕਿਉਂਕਿ ਨੀਚੇ ਆ, ਉੱਪਰ ਆ ਕੇ ਮਾਈਨਸ ਹੋ ਜੂਗੀ ਪਾਵਰ, ਮਾਈਨਸ ਵਨ ਅਪੋਨ ਪੀ ਮਾਈਨਸ ਕਿਊ। ਗੱਲ ਕਲੀਅਰ ਹੈ ਜੀ? ਦੇਖ ਲਓ ਕੋਈ ਕੈਲਕੂਲੇਸ਼ਨ ਮਿਸਟੇਕ ਹੋਈ ਹੋਵੇ, ਕਿਉਂਕਿ ਮੈਨੂੰ ਲੱਗ ਰਿਹਾ ਕੋਈ ਕੈਲਕੂਲੇਸ਼ਨ ਮਿਸਟੇਕ ਹੋਈ ਹੈਗੀ। ਚਲੋ ਆਪਾਂ ਸੋਲਵ ਕਰਦੇ ਹਾਂ। ਹੁਣ ਕੀ ਕੈਲਕੂਲੇਸ਼ਨ ਮਿਸਟੇਕ ਹੋਈ ਹੈ ਧਿਆਨ ਨਾਲ ਸੁਣੋ, ਬੋਰਡ 'ਤੇ ਦੇਖੋ ਵੀ, ਸਾਰਾ ਸਮ ਕਰਦੇ ਕਰਦੇ ਆਪਾਂ ਥੋੜ੍ਹੀ ਜਿਹੀ ਗਲਤੀ ਕਰ ਗਏ। ਕੀ ਗਲਤੀ ਕਰ ਗਏ? ਜਦੋਂ ਆਪਾਂ ਇੱਥੇ ਵੈਲਿਊ ਪੁੱਟ ਕੀਤੀ ਏ ਆ ਸੀਗਾ, ਇਹ ਕਲੀਅਰ ਹੈ, ਇੱਥੇ ਆ ਸੀ ਏ ਆ ਸੀ, ਇੰਟੂ ਆਰ ਆਰ ਆ ਸੀ, ਉਹਦੀ ਪਾਵਰ ਕੀ ਰੱਖਣੀ ਸੀ ਆਪਾਂ ਐਨ ਮਾਈਨਸ ਵਨ। ਬਹੁਤ ਧਿਆਨ ਨਾਲ, ਗਲਤੀ ਹੋ ਜਾਂਦੀ ਹੈ ਪਰ ਤੁਹਾਨੂੰ ਪਕੜ 'ਚ ਆਉਣੀ ਚਾਹੀਦੀ ਹੈ। ਹੁਣ ਸਹੀ ਹੈ, ਹੁਣ ਕਰੋ ਅਲੱਗ ਅਲੱਗ। ਪੀ ਦੀ ਪਾਵਰ ਵਨ, ਇੱਥੇ ਪੀ ਦੀ ਪਾਵਰ ਕੀ ਹੈ ਪੀ ਮਾਈਨਸ ਵਨ ਅਪੋਨ ਪੀ ਮਾਈਨਸ ਕਿਊ, ਪਰ ਪੀ ਇੱਥੇ ਕੀ ਹੈ ਡਿਨੋਮੀਨੇਟਰ ਵਿੱਚ, ਇਸ ਕਰਕੇ ਪਾਵਰ ਕੀ ਹੋਊਗੀ ਮਾਈਨਸ, ਆਹ ਪਾਵਰ ਕੀ ਹੋਊਗੀ ਐਡ, ਕਿੰਨੀ ਆ ਜੂਗੀ ਐਨ ਮਾਈਨਸ ਵਨ ਅਪੋਨ ਪੀ ਮਾਈਨਸ ਕਿਊ ਇੰਟੂ ਕਿਊ ਦੀ ਪਾਵਰ, ਕਿਊ ਦੀ ਪਾਵਰ ਇੱਥੇ ਕਿੰਨੀ ਹੈ ਪੀ ਮਾਈਨਸ ਵਨ ਅਪੋਨ ਪੀ ਮਾਈਨਸ ਕਿਊ, ਕਿਊ ਦੀ ਪਾਵਰ ਇੱਥੇ ਕਿੰਨੀ ਹੈ ਮਾਈਨਸ ਹੋਊ, ਕਿਉਂਕਿ ਕੇ ਇੱਥੇ ਕਿੱਥੇ ਹੈ ਕਿਊ ਇੱਥੇ ਕਿੱਥੇ ਹੈ ਡਿਨੋਮੀਨੇਟਰ ਵਿੱਚ, ਕਿਊ ਇੱਥੇ ਕਿੱਥੇ ਹੈ ਡਿਨੋਮੀਨੇਟਰ ਵਿੱਚ, ਜਦੋਂ ਕਿਊ ਨੂੰ ਉੱਪਰ ਲੈ ਕੇ ਆਉਂਦੇ ਦੀ ਪਾਵਰ ਕੀ ਕਰਾਂਗੇ ਆਪਾਂ ਨੈਗੇਟਿਵ, ਮਾਈਨਸ ਐਨ ਮਾਈਨਸ ਵਨ ਅਪੋਨ ਪੀ ਮਾਈਨਸ ਕਿਊ, ਇੱਥੇ ਕੀ ਪਾਣੀ ਹੈ ਬ੍ਰੈਕਟ। ਹੁਣ ਅੱਗੇ ਦੇਖੋ ਪੀ ਦੀ ਪਾਵਰ ਐਲਸੀਅਮ ਕਿੰਨਾ ਆਜੂ ਪੀ ਮਾਈਨਸ ਕਿਊ, ਇੱਥੇ ਵੀ ਕੀ ਆਜੂ ਪੀ ਮਾਈਨਸ ਕਿਊ, ਮਾਈਨਸ ਪੀ ਪਲੱਸ ਵਨ ਪਲੱਸ ਐਨ ਮਾਈਨਸ ਵਨ ਇੰਟੂ ਕਿਊ ਦੀ ਪਾਵਰ, ਇੱਥੇ ਵੀ ਐਲਸੀਅਮ ਕਿੰਨਾ ਆਜੂ ਪੀ ਮਾਈਨਸ ਕਿਊ, ਪੀ ਮਾਈਨਸ ਵਨ ਮਾਈਨਸ ਐਨ ਪਲੱਸ ਵਨ। ਹੁਣ ਦੇਖਿਓ ਪੀ ਨਾਲ ਪੀ ਕੈਂਸਲ, ਵਨ ਨਾਲ ਵਨ ਕੈਂਸਲ, ਆਪਣਾ ਆਂਸਰ ਬਣ ਗਿਆ ਇਹ ਏ ਪਾਵਰ ਐਨ, ਕਿਹਦੇ ਕੋਲ ਆਜੂ ਪੀ ਦੀ ਪਾਵਰ, ਦੇਖੋ ਐਨ ਮਾਈਨਸ ਕਿਊ ਅਪੋਨ ਪੀ ਦੀ ਪਾਵਰ ਪੀ ਮਾਈਨਸ ਕਿਊ ਇੰਟੂ ਕਿਊ ਦੀ ਪਾਵਰ ਪੀ ਮਾਈਨਸ ਐਨ ਅਪੋਨ ਕਿਊ ਦੀ ਪਾਵਰ ਪੀ ਮਾਈਨਸ ਕਿਊ। ਤੁਸੀਂ ਕਹੋਗੇ ਭਈਆ ਹਾਲੇ ਵੀ ਆਂਸਰ ਪ੍ਰੋਪਰ ਆਇਆ ਨਹੀਂ, ਗੱਲ ਥੋੜ੍ਹੀ ਸਹੀ ਹੈਗੀ। ਹੁਣ ਜੇ ਆਪਾਂ ਦੇਖੋ ਕਿਊ ਇੱਥੇ ਡਿਨੋਮੀਨੇਟਰ ਵਿੱਚ ਹੈ, ਪਰ ਜਿਹੜਾ ਆਂਸਰ ਕੱਢਣਾ ਆਪਾਂ ਉਹਦੇ 'ਚ ਕਿਊ ਕਿਹਦੇ ਵਿੱਚ ਹੈ ਡਿਨੋਮੀਨੇਟਰ ਵਿੱਚ, ਪਰ ਕਿਊ ਦੀ ਇੱਥੇ ਪਾਵਰ ਕੀ ਹੈ ਐਨ ਮਾਈਨਸ ਪੀ,
ਇੱਥੇ ਕਿਊ ਦੀ ਪਾਵਰ ਕੀ ਹੈ? ਪੀ ਮਾਈਨਸ ਐਨ। ਸਮਝ ਲੱਗ ਗਿਆ ਨਾ? ਇੱਥੋਂ ਮੈਂ ਕੀ ਕੋਮਨ ਕੱਢੂੰ ਪਹਿਲਾਂ? ਮਾਈਨਸ। ਇੱਥੋਂ ਕੀ ਕੋਮਨ ਕੱਢੂੰ ਮੈਂ? ਮਾਈਨਸ। ਲੋਕੋ ਕਰਨ ਤੁਹਾਨੂੰ ਸਮਝ ਆ ਜਾਓ ਆਪੀ। ਜਦੋਂ ਮਾਈਨਸ ਕੋਮਨ ਕੱਢ ਲਿਆ, ਐਨ ਵਾਲੀ ਟਰਮ ਕੀ ਬਣਜੂ? ਪੋਜ਼ਿਟਿਵ। ਪੀ ਵਾਲੀ ਟਰਮ ਕੀ ਬਣਜੂ? ਨੈਗੇਟਿਵ। ਕਿਊ ਦੀ ਪਾਵਰ ਕੀ ਹੈ? ਪੀ ਮਾਈਨਸ ਕਿਊ। ਗੱਲ ਕਲੀਅਰ ਹੈ? ਹੁਣ ਮੈਂ ਇੱਥੇ ਸੋਲਵ ਕਰ ਰਿਹਾ, ਧਿਆਨ ਨਾਲ ਦੇਖਿਆ ਜੀ, ਉਹ ਕੀ ਆ ਗਿਆ ਇਹ ਪੀ ਦੀ ਪਾਵਰ ਐਨ ਮਾਈਨਸ ਕਿਊ ਅਪੋਨ ਪੀ ਦੀ ਪਾਵਰ ਪੀ ਮਾਈਨਸ ਕਿਊ ਇੰਟੂ। ਹੁਣ ਕਿਊ ਨੂੰ ਕਿੱਥੇ ਲੈ ਜਾਊਂਗਾ? ਨੀਚੇ। ਕਿੰਨਾ ਆਜੂ? ਵਨ ਅਪੋਨ, ਉੱਪਰ ਪਾਵਰ ਨੈਗੇਟਿਵ ਹੈ, ਨੀਚੇ ਆ ਗਿਆ ਪਾਵਰ ਕੀ ਹੋਜੂ? ਪੋਜ਼ਿਟਿਵ। ਐਨ ਮਾਈਨਸ ਪੀ ਇੰਟੂ ਵਨ ਪੌਨ ਕਿਊ, ਪੀ ਮਾਈਨਸ ਕਿਊ ਤਾਂ ਪੀ ਆਈ ਹੈ। ਹੁਣ ਜੇ ਤੁਸੀਂ ਦੇਖੋਗੇ ਬਣ ਕੀ ਗਿਆ, ਆਹ ਚੀਜ਼ਾਂ ਇਕੱਠੀ ਕਰਾਂਗੇ। ਪੀ ਦੇਖੋ, ਪੀ ਦੀ ਪਾਵਰ ਹੈਗੀ ਕੀ ਹੈ, ਧਿਆਨ ਨਾਲ ਦੇਖੀਓ, ਐਨ ਮਾਈਨਸ ਕਿਊ ਅਪੋਨ ਪੀ ਮਾਈਨਸ ਕਿਊ। ਕਿਊ ਦੀ ਪਾਵਰ ਹੈਗੀ ਕੀ ਹੈ? ਐਨ ਮਾਈਨਸ ਪੀ ਇੰਟੂ ਵਨ ਅਪੋਨ ਪੀ ਮਾਈਨਸ ਕਿਊ। ਹੁਣ ਜੇ ਇਹਨੂੰ ਦੇਖੋਗੇ, ਇਹਨੂੰ ਜ਼ੂਮ ਕਰ ਲਈ ਮਾੜਾ ਜਿਹਾ ਪਲੀਜ਼, ਪੀ ਦੀ ਪਾਵਰ ਐਨ ਮਾਈਨਸ ਕਿਊ, ਕਿਊ ਦੀ ਪਾਵਰ ਐਨ ਮਾਈਨਸ ਪੀ, ਇਹਦੀ ਹੋਲ ਪਾਵਰ ਕੀ ਬਣ ਗਈ ਇਹ? ਵਨ ਅਪੋਨ ਪੀ ਮਾਈਨਸ ਕਿਊ, ਐਂਡ ਦੈਟਸ ਯੋਰ ਆਨਸਰ। ਆਹ ਚੀਜ਼ ਨੂੰ ਮਾੜਾ ਜ਼ੂਮ ਕਰਕੇ ਦੇਖ ਲਿਓ, ਕਲੀਅਰ ਹੈ? ਜੇ ਨਾ ਵੀ ਸਮਝ ਆਇਆ, ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਦਿਓ ਕਿ ਵੀ ਆਹ ਸਟੈਪ ਸਮਝ ਨਹੀਂ ਆਇਆ, ਨਾਲ ਆਪਦਾ ਨੰਬਰ ਸੈਂਡ ਕਰ ਦਿਓ, ਤੁਹਾਨੂੰ ਮੈਂ ਪਰਸਨਲੀ ਵਟਸਐਪ 'ਤੇ ਸੈਂਡ ਕਰਕੇ ਭੇਜ ਦੂੰ। ਥੋੜ੍ਹਾ ਜਿਹਾ ਕਨਫਿਊਜ਼ਿੰਗ ਸਟੈਪ ਹੈ, ਬਾਕੀ ਸਾਰਾ ਸਮਝ ਆ ਜੂਗਾ। ਹੁਣ ਜਿਹੜਾ ਕੁਸ਼ਚਨ ਕੀਤਾ, ਦੇਖ ਜਾਏ ਦੇਖੋਗੇ, ਇਹ ਔਖਾ ਲੱਗੂਗਾ, ਪਹਿਲਾਂ ਦੱਸ ਰਿਹਾ। ਮੈਥ ਇਹੋ ਜਿਹੀ ਚੀਜ਼ ਹੈ, ਇਹਨੂੰ ਜਾਈ ਦੇਖੋਗੇ ਔਖੀ ਲੱਗੂ ਚੀਜ਼, ਪਰ ਇੱਕ ਵਾਰ ਸੋਲਵ ਕਰਨ ਲੱਗੂੰਗੇ, ਦੋ ਤਿੰਨ ਵਾਰ ਆਪੀ ਸਟੈਪਸ ਦਿਮਾਗ 'ਚ ਬਹਿਣਗੇ। ਇਹ ਤਾਂ ਮੈਂ ਸਾਰੇ ਸਟੈਪਸ ਇਲੈਬੋਰੇਟਰੀ ਲਿਖੇ ਹਾਂ, ਪਰ ਜੇ ਤੁਸੀਂ ਹੁਣ ਅਗਲਾ ਕੁਸ਼ਚਨ ਸੋਲਵ ਕਰਾਂਗੇ, ਦੇਖਿਓ ਕਾਫੀ ਚੀਜ਼ਾਂ ਆਪਾਂ ਡਾਇਰੈਕਟ ਲਿਖਾਂਗੇ, ਕਲੀਅਰ ਹੈ? ਪੌਜ਼ ਕਰੋ, ਇਹਨੂੰ ਨੋਟ ਕਰੋ, ਆਵਲੀ ਚੀਜ਼ ਨੂੰ ਜ਼ੂਮ ਕਰਕੇ ਨੋਟ ਕਰੋ, ਓਕੇ? ਉਸ ਤੋਂ ਬਾਅਦ ਕਾਪੀ ਬੰਦ ਕਰਕੇ ਆਪੀ ਕਰਕੇ ਦੇਖਿਓ। ਮੈਥ ਇੱਕ ਬਹੁਤ ਹੀ ਬਿਊਟੀਫੁਲ ਸਬਜੈਕਟ ਹੈ, ਤੁਹਾਨੂੰ ਪਹਿਲਾਂ ਦੱਸ ਰਿਹਾ, ਨੋਟ ਕਰ ਲਓ ਜੀ। ਚਲੋ ਅੱਗੇ ਚੱਲਦੇ ਹਾਂ, ਇਹਨੂੰ ਰੱਬ ਕਰਦੇ ਹਾਂ, ਲੈਟਸ ਮੂਵ ਔਨ ਟੂ ਨੈਕਸਟ ਕੁਸ਼ਚਨ। ਹੁਣ ਨੈਕਸਟ ਕੁਸ਼ਚਨ ਦੀ ਆਪਾਂ ਟਾਈਪ ਚੇਂਜ ਕਰ ਦੇਵਾਂਗੇ, ਇੱਕ ਆਪਾਂ ਈਜ਼ੀ ਕੁਸ਼ਚਨ ਕਰਦੇ ਹਾਂ। ਚਲੋ ਕੀ ਕੁਸ਼ਚਨ ਹੈ ਅਗਲਾ? ਕੁਸ਼ਚਨ ਨੰਬਰ ਸੈਕਿੰਡ, ਫੋਰਥ ਟਰਮ ਦਿੱਤੀ ਵੀ ਹੈ ਆਪਾਂ ਨੂੰ ਐਕਸ, ਟੈਂਥ ਟਰਮ ਦਿੱਤੀ ਵੀ ਹੈ ਵਾਏ, ਸਿਕਸਟੀਨਥ ਟਰਮ ਦਿੱਤੀ ਵੀ ਹੈ ਜ਼ੈੱਡ। ਪ੍ਰੂਵ ਡੈਟ, ਪ੍ਰੂਵ ਕਰਨਾ ਆਪਾਂ ਐਕਸ ਵਾਏ ਜ਼ੈੱਡ ਇਹਦੇ ਵਿੱਚ ਹੈ ਜੀ ਪੀ ਵਿੱਚ। ਜਦੋਂ ਵੀ ਆਪਾਂ ਤਿੰਨ ਟਰਮਸ ਨੂੰ ਜੀ ਪੀ ਵਿੱਚ ਪ੍ਰੂਵ ਕਰਨਾ, ਆਪਾਂ ਨੂੰ ਪਤਾ ਮਿਡਲ ਟਰਮ ਇਜ਼ ਅਰਥਮੈਟਿਕ ਮੀਨ ਆਫ ਅਦਰ ਟੂ ਟਰਮਸ, ਮਿਡਲ ਟਰਮ ਇਜ਼ ਅਰਥਮੈਟਿਕ ਮੀਨ ਆਫ ਅਦਰ ਟੂ ਟਰਮਸ, ਕਲੀਅਰ ਹੈ ਨਾ? ਸੋਰੀ, ਅਰਥਮੈਟਿਕ ਨਹੀਂ, ਜਿਓਮੈਟ੍ਰਿਕ ਮੀਨ, ਮਿਡਲ ਟਰਮ ਇਜ਼ ਜਿਓਮੈਟ੍ਰਿਕ ਮੀਨ ਆਫ ਅਦਰ ਟੂ ਟਰਮਸ।
ਜੇ ਜੋਮੈਟ੍ਰਿਕ ਮੀਨ ਵਾਲਾ ਕਨਸੈਪਟ ਸਮਝਣਾ ਉਹ ਮੇਰੇ ਲੈਕਚਰ 2 'ਤੇ ਵਗ ਜਾਓ। ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਉੱਥੇ ਜੋਮੈਟ੍ਰਿਕ ਮੀਨ ਕੀ ਹੁੰਦਾ, ਅਰਥਮੈਟਿਕ ਮੀਨ ਕੀ ਹੁੰਦਾ, ਅਰਥਮੈਟਿਕ ਅਤੇ ਜੋਮੈਟ੍ਰਿਕ ਮੀਨ ਵਿੱਚ ਰਿਲੇਸ਼ਨ ਕੀ ਹੁੰਦਾ, ਬਹੁਤ ਚੰਗੀ ਤਰ੍ਹਾਂ ਸਮਝਾਇਆ ਗਿਆ। ਦੇਖੋ ਉਹਨੂੰ ਜਾ ਕੇ। ਹਾਂਜੀ ਹੁਣ ਦੇਖੋ ਫੋਰਥ ਟਰਮ ਏ ਇੰਟੂ ਆਰ ਦੀ ਪਾਵਰ 3, ਟੈਂਥ ਟਰਮ ਏ ਇੰਟੂ ਆਰ ਦੀ ਪਾਵਰ 9, ਸਿਕਸਟੀਨਥ ਟਰਮ ਏ ਇੰਟੂ ਆਰ ਦੀ ਪਾਵਰ 15। ਕਲੀਅਰ ਹੈ? ਹੁਣ ਜੇ ਮੈਂ ਦੇਖਾਂ ਐਕਸ ਇੰਟੂ ਜ਼ੈੱਡ ਮੇਰਾ ਕੀ ਆਊਗਾ, ਐਕਸ ਇੰਟੂ ਜ਼ੈੱਡ ਮੇਰਾ ਕੀ ਆਊਗਾ, ਏ ਇੰਟੂ ਆਰ ਦੀ ਪਾਵਰ 3 ਇੰਟੂ ਏ ਇੰਟੂ ਆਰ ਦੀ ਪਾਵਰ 15। ਦੇਖੋ ਏ ਦੀ ਪਾਵਰ 1, ਏ ਦੀ ਪਾਵਰ 1, ਏ ਇੰਟੂ ਏ ਸਕੇਅਰ, ਆਰ ਦੀ ਪਾਵਰ 3, ਆਰ ਦੀ ਪਾਵਰ 15। ਮਲਟੀਪਲਾਈ ਨਹੀਂ ਹੁੰਦੀਆਂ ਪਾਵਰਸ, ਕੀ ਹੁੰਦੀਆਂ? ਐਡ ਹੁੰਦੀਆਂ। ਆਰ ਦੀ ਪਾਵਰ ਕੀ ਬਣ ਜੂ ਇੱਥੇ? 80। ਹੁਣ ਐਪਲੀਕੇਸ਼ਨ ਸੋਲਵ ਕਰੀਏ। ਸੋਲਵਿੰਗ ਆਰ ਐਚ ਐਸ ਰਾਈਟ ਹੈਂਡ ਸਾਈਡ ਸੋਲਵ ਕਰੀਏ, ਅੰਡਰ ਰੂਟ ਐਕਸ ਜ਼ੈੱਡ ਕੀ ਹੋ ਗਿਆ? ਅੰਡਰ ਰੂਟ ਏ ਸਕੇਅਰ ਇੰਟੂ ਆਰ ਦੀ ਪਾਵਰ 18। ਏ ਸਕੇਅਰ ਰੂਟ ਤੋਂ ਬਾਹਰ ਆਊਗਾ, ਏ ਬਣ ਜੂ। ਆਰ ਦੀ ਪਾਵਰ 18 ਰੂਟ ਤੋਂ ਬਾਹਰ ਆਊ, ਆਰ ਦੀ ਪਾਵਰ 9 ਬਣ ਜੂ। ਦੇਖੋ ਆਹੀ ਚੀਜ਼ ਕਿਹਦੇ ਕੋਲ ਆ ਗਈ? ਆਪਣੀ ਵਾਈ ਦੇ। ਤਾਂ ਇੱਥੇ ਆਪਣਾ ਪ੍ਰੂਫ ਕੀ ਹੋ ਗਿਆ? ਵਾਈ ਇਜ਼ ਇਕੁਅਲ ਟੂ ਅੰਡਰ ਰੂਟ ਐਕਸ ਜ਼ੈੱਡ। ਦਿਸ ਮੀਨਸ ਡੈਟ ਐਕਸ ਵਾਈ ਜ਼ੈੱਡ ਆਰ ਇਨ ਜੀ ਪੀ। ਜਦੋਂ ਵੀ ਆਪਾਂ ਤਿੰਨ ਟਰਮਸ ਜੀ ਪੀ ਵਿੱਚ ਪ੍ਰੂਵ ਕਰਨੀ ਹੈ, ਕੀ ਕਰਨਾ ਤੁਸੀਂ? ਜਿਹੜੀ ਆਪਣੀ ਮਿਡਲ ਮੋਸਟ ਟਰਮ ਹੈ, ਇਟ ਸ਼ੁੱਡ ਬੀ ਜੋਮੈਟ੍ਰਿਕ ਮੀਨ, ਨੋਟ ਅਰਥਮੈਟਿਕ ਮੀਨ, ਜੋਮੈਟ੍ਰਿਕ ਮੀਨ ਆਫ ਅਦਰ ਟੂ ਟਰਮਸ। ਗੱਲ ਕਲੀਅਰ ਹੈ? ਨੋਟ ਕਰ ਲਓ ਇਹਨੂੰ। ਇੱਕ ਹੋਰ ਗੱਲ ਦੱਸ ਰਿਹਾ ਵੀ ਮੈਂ, ਕਾਫੀ ਬੱਚਿਆਂ ਦਾ ਮੈਨੂੰ ਮੈਸੇਜ ਆ ਰਿਹਾ, ਖਾਸ ਕਰਕੇ ਓਲਡ ਸਟੂਡੈਂਟਸ ਦਾ, ਕਿ ਬਈਆ ਤੁਸੀਂ ਕਲਾਸ 11th ਦਾ ਮੈਥ ਪੜ੍ਹਾਉਣਾ ਸ਼ੁਰੂ ਕਰਤਾ। ਨਹੀਂ, ਮੈਂ ਐਸ ਐਚ ਹਲੇ ਕਲਾਸਿਸ ਨਹੀਂ ਲੈਣ ਲੱਗਿਆ, ਅਗਲੇ ਸਾਲ ਤੋਂ ਮੈਂ ਸ਼ੁਰੂ ਕਰੂੰਗਾ। ਇਸ ਸਾਲ ਕੀ ਹੈ, ਮੈਂ ਲੈਕਚਰਸ ਪਾਊਂਗਾ ਸਾਰੇ ਚੈਪਟਰਸ 'ਤੇ। ਉਹਦੇ ਨਾਲ ਕੀ ਹੈ, ਥੋੜ੍ਹਾ ਜਿਹਾ ਮੇਰਾ ਵੀ ਤਿਆਰੀ ਹੋਊ, ਪੜ੍ਹਾਉਣ ਦਾ ਢੰਗ ਆਊਗਾ 11th ਨੂੰ, ਕਿਉਂਕਿ ਹਲੇ 9th-10th ਪੜ੍ਹਾਈ ਹੈ। 9th-10th ਅਤੇ 11th ਨੂੰ ਪੜ੍ਹਾਉਣ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ, ਸਿਲੇਬਸ ਵਾਈਡ ਹੈ, ਕਲੀਅਰ ਹੈ, ਅਤੇ ਥੋੜ੍ਹਾ ਸਟੇਕ 'ਤੇ ਬਹੁਤ ਕੁਛ ਲੱਗਿਆ ਹੁੰਦਾ ਹੈਗਾ 11th-12th ਵਿੱਚ। ਇਸ ਕਰਕੇ ਮੈਂ ਅਗਲੇ ਸਾਲ ਪੂਰੀ ਤਿਆਰੀ ਨਾਲ ਆ ਕੇ ਫਿਰ ਆਪਾਂ 11th ਸ਼ੁਰੂ ਕਰਾਂਗੇ। ਇਸ ਸਾਲ ਬੱਚੇ ਮੇਰੀ ਇੰਨੀ ਹੈਲਪ ਕਰ ਸਕਦੇ ਹੈਗੇ, ਇੱਕ ਤਾਂ ਜਿੰਨੇ ਵੀ ਤੁਹਾਨੂੰ ਡਾਊਟ ਹੁੰਦੇ, ਜਿਹੜਾ ਚੈਪਟਰ ਚੱਲ ਰਿਹਾ ਉਹ ਮੈਨੂੰ ਡਾਊਟ ਭੇਜਦਾ ਕਰੋ, ਉਹ ਮੈਂ ਸੋਲਵ ਕਰਕੇ ਦੇਖਿਆ ਕਰੂੰ, ਅਤੇ ਔਨਲਾਈਨ ਲੈਕਚਰ ਵਿੱਚ ਤੁਹਾਡੇ ਜਿਹੜੇ ਡਾਊਟਸ ਹੈ ਉਹ ਮੈਂ ਸੋਲਵ ਕਰਦਿਆ ਕਰੂੰਗਾ। ਕਲੀਅਰ ਹੈ? ਉਸ ਤੋਂ ਬਾਅਦ ਸਾਰਿਆਂ ਕੋਲ ਮੇਰਾ ਨੰਬਰ ਹੈਗਾ ਗਾ, ਕੋਈ ਵੀ ਬੱਚਾ ਮੈਨੂੰ ਕਦੇ ਵੀ ਕਾਲ ਕਰ ਸਕਦਾ ਹੈਗਾ। ਕਲੀਅਰ? ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਅਗਲੇ ਕੁਸ਼ਚਨ 'ਤੇ। ਹਾਂਜੀ ਅਗਲਾ ਕੁਸ਼ਚਨ ਦੇਖਦੇ ਹਾਂ ਆਪਾਂ ਕੀ ਹੈਗਾ। ਦੇਖੋ ਕਹਿੰਦੇ ਆਪਾਂ ਨੂੰ ਆਪਣੇ ਕੁਸ਼ਚਨ ਵਿੱਚ ਦੋ ਜੀ ਪੀਜ਼ ਦੇਤੀਆਂ, ਕਿੰਨੀਆਂ? ਦੋ ਜੀ ਪੀ 1, ਜੀ ਪੀ 2। ਪਹਿਲੀ ਜੀ ਪੀ ਹੈਗੀ ਹੈ ਏ 1, ਏ 2, ਏ 3 ਐਂਡ ਸੋ ਔਨ। ਦੂਸਰੀ ਹੈਗੀ ਹੈ ਬੀ 1, ਬੀ 2, ਬੀ 3 ਐਂਡ ਸੋ ਔਨ। ਹੋਰ ਕੀ ਦੇਤਾ ਆਪਾਂ ਨੂੰ? ਪਹਿਲੀ ਜੀ ਪੀ ਦੀ ਫਸਟ ਟਰਮ ਦੇਤੀ, ਦੂਜੀ ਜੀ ਪੀ ਦੀ ਵੀ ਆਪਾਂ ਨੂੰ ਫਸਟ ਟਰਮ ਦੇਤੀ। ਹੋਰ ਕੀ ਦੱਸਤਾ? ਇਫ 3
A99 मतलब 3 इंटू 99th टर्म ऑफ फर्स्ट जीपी इंटू 99th टर्म ऑफ सेकंड जीपी इज इक्वल टू 104. देन फाइंड द वैल्यू ऑफ, वैल्यू फाइंड करनी है आपा, A1 B1 प्लस A2 B2 प्लस A3 B3 एंड सो ऑन. ਫਿਰ ਬਹੁਤ ਹੀ ਵਧੀਆ ਕੁਸ਼ਚਨ ਹੈ, ਸ਼ਾਇਦ ਇਹ ਜੇਈ ਮੇਨ ਲੈਵਲ ਦਾ ਕੁਸ਼ਚਨ ਹੈਗਾ, ਆਪਾਂ ਦੇਖਦੇ ਸੋਲਵ ਕਰਕੇ. ਹੁਣ ਆਪਣੇ ਦੀ ਫਸਟ ਟਰਮ ਦੇਤੀ, ਇਹਦੀ ਫਸਟ ਟਰਮ ਦੇਤੀ, 99th ਟਰਮ ਇਹਦੀ ਦੇਤੀ ਅਤੇ 99th ਟਰਮ ਇਹਦੀ ਦੇਤੀ. 99 ਟਰਮ ਕੀ ਹੋਊਗੀ, ਐਨਥ ਟਰਮ ਕੀ ਹੁੰਦੀ ਹੈ, ਏ ਇੰਟੂ ਕੋਮਨ ਰੇਸ਼ੋ ਦੀ ਪਾਵਰ ਐਨ ਮਾਈਨਸ 1. ਹੁਣ ਆਪਾਂ ਨੂੰ ਦੋਨੋਂ ਜੀ ਪੀਜ਼ ਦੀ ਇੱਥੇ ਕੋਮਨ ਰੇਸ਼ੋ ਲੈਟ ਕਰਨੀ ਪਊ. ਸਭ ਤੋਂ ਪਹਿਲਾਂ ਦਿਮਾਗ 'ਚ ਕੀ ਆਊਗਾ ਕਿ ਭਈਆ ਲੈਟ ਕੋਮਨ ਰੇਸ਼ੋ ਆਫ ਫਸਟ ਜੀ ਪੀ R1, ਲੈਟ ਕੋਮਨ ਰੇਸ਼ੋ ਆਫ ਸੈਕਿੰਡ ਜੀ ਪੀ R2. ਗਲਤ ਨਹੀਂ ਹੈਗਾ ਇਹ ਕਿ R1 R2 ਲੈਟ ਕਰ ਲਿਆ. ਹੁਣ ਮੈਨੂੰ ਕੀ ਹੁੰਦਾ ਨਾ, ਜਦੋਂ ਵੀ ਇਹ ਪੈਰ ਵਿੱਚ ਆ ਜਾਂਦਾ R1 R2, ਜਦੋਂ ਸੋਲਵ ਕਰਨ ਲੱਗਦੇ ਹਾਂ ਆਪਾਂ ਕੁਸ਼ਚਨ, ਇਹ ਕਨਫਿਊਜ਼ ਕਰਦੇ ਹਾਂ. ਇਸ ਕਰਕੇ ਦਿਮਾਗ ਲਾ ਕੇ ਕਿ ਤੁਹਾਨੂੰ ਕਨਫਿਊਜ਼ਨ ਨਾ ਹੋਵੇ ਅਤੇ ਐਗਜ਼ਾਮਿਨਰ ਨੂੰ ਪੇਪਰ ਚੈੱਕ ਕਰਦੇ ਵੀ ਕਨਫਿਊਜ਼ਨ ਨਾ ਹੋਵੇ, ਇਹਨੂੰ ਐਕਸ ਅਤੇ ਵਾਈ ਮੰਨ ਲਓ. ਹੁਣ ਜੇ ਮੈਂ ਦੇਖਾਂ A99 ਕਿੰਨਾ ਆਊਗਾ, 2√3 ਇੰਟੂ ਐਕਸ ਦੀ ਪਾਵਰ 98. ਉਸ ਤੋਂ ਬਾਅਦ B99 ਉਹ ਕਿੰਨਾ ਆਊਗਾ, 52/9 √3 ਇੰਟੂ ਵਾਈ ਦੀ ਪਾਵਰ 98. ਹੁਣ ਦਿੱਤਾ ਕੀ ਪਿਆ, 3A99 ਇੰਟੂ B99 ਇਜ ਇਕੁਅਲ ਟੂ 104. ਮਤਲਬ 3 ਇੰਟੂ ਦੀ ਜਗ੍ਹਾ ਨਾ ਇੱਥੇ ਡੋਟ ਹੀ ਪਾਇਆ ਕਰੋ, ਡੋਟ ਦਾ ਮਤਲਬ ਇੰਟੂ ਹੀ ਹੁੰਦਾ ਹੈਗਾ. ਵਾਈ ਪਾਵਰ 99 ਇਜ਼ਕੁਅਲ ਟੂ ਕੀ ਆ ਜੂਗਾ, 104. ਹੁਣ ਦੇਖੋ, √3 ਇੰਟੂ √3 3 ਇੰਟੂ 3 9 ਨੀਚੇ ਪਿਆ, 52 ਇੰਟੂ 2 104, 104 ਉੱਧਰ ਕੀ ਹੋ ਜੂਗਾ, ਡਿਵਾਈਡ ਹੋ ਜੂਗਾ, ਐਕਸ ਦੀ ਪਾਵਰ 98 ਇੰਟੂ ਵਾਈ ਦੀ ਪਾਵਰ 98 ਕਿੰਨੀ ਆ ਜੂ, 104 ਅਪੋਨ 104 ਇਜ ਇਕੁਅਲ ਟੂ 1. ਐਕਸ ਦੀ ਪਾਵਰ 98 ਇੰਟੂ ਵਾਈ ਦੀ ਪਾਵਰ 98 ਕਿੰਨਾ ਆ ਜੂ, 1. ਇਹ 1 ਕੀ ਗਿਆ, ਐਕਸ ਵਾਈ ਦੀ ਪਾਵਰ 98. ਐਕਸ ਵਾਈ ਕੀ ਆ ਜੂ ਇੱਥੋਂ, 1 ਦੇ ਇਕੁਅਲ. ਫਿਰ ਧਿਆਨ ਨਾਲ ਸੁਣੀਓ, ਬੱਚੇ ਕੀ ਕਹਿਣਗੇ, ਬਈ ਐਕਸ ਵੀ 1 ਵਾਈ ਵੀ 1, ਦੈਟ ਇਜ਼ ਰੋਂਗ. ਕਿਉਂਕਿ ਜੇ ਕੀ ਪਤਾ ਐਕਸ 2 ਹੋਵੇ, ਵਾਈ 1/2 ਹੋਵੇ, ਕੀ ਪਤਾ ਐਕਸ 3 ਹੋਵੇ, ਵਾਈ 1/3 ਹੋਵੇ. ਸਮਝ ਆ ਰਹੀ ਹੈ ਨਾ, ਬਸ ਆਪਾਂ ਨੂੰ ਇੱਕ ਰਿਲੇਸ਼ਨ ਪਤਾ ਲੱਗ ਗਿਆ ਕਿ ਐਕਸ ਇੰਟੂ ਵਾਈ 1 ਹੈਗਾ. ਇਹ ਤਾਂ ਐਕਸ ਵਾਈ ਦਾ ਹੋਲ ਸਕੇਅਰ ਵੀ 1, ਐਕਸ ਵਾਈ ਦਾ ਹੋਲ ਕਿਊਬ ਵੀ 1, ਐਕਸ ਵਾਈ ਦੀ ਹੋਲ ਪਾਵਰ 4 ਵੀ 1, ਐਕਸ ਵਾਈ ਦੀ ਹੋਲ ਪਾਵਰ ਐਨ ਵੀ ਕੀ ਹੋ ਜੂਗੀ, 1 ਹੋ ਜੂ. ਹੁਣ ਆਪਾਂ ਜੋ ਲੱਭਣਾ ਉਹ ਦੇਖਦੇ ਹਾਂ, ਆਹ ਚੀਜ਼ ਲੱਭਣੀ ਹੈ, ਕੀ ਚੀਜ਼ ਹੈ, A1 B1. ਹੁਣ A1 ਕੀ ਹੋਊਗਾ, ਧਿਆਨ ਨਾਲ ਸੁਣੀਓ, ਬਸ A1 B1 ਪਲੱਸ A2 B2 ਕੀ ਹੋਊਗਾ, A1 ਇੰਟੂ ਐਕਸ, B1 ਇੰਟੂ ਵਾਈ. A3 B3 ਕੀ ਹੋਊਗਾ, A1 ਇੰਟੂ ਐਕਸ ਸਕੇਅਰ, B1 ਇੰਟੂ ਵਾਈ ਸਕੇਅਰ ਚੱਲੀ ਜਾਊਗਾ. ਐਨਥ ਟਰਮ A1 ਇੰਟੂ ਐਕਸ ਪਾਵਰ ਐਨ ਮਾਈਨਸ 1, B1 ਇੰਟੂ ਐਕਸ ਪਾਵਰ ਵਾਈ ਪਾਵਰ ਐਨ ਮਾਈਨਸ 1. ਹੁਣ ਜੇ ਆਪਾਂ ਦੇਖੀਏ ਇੱਥੇ, A1 B1 ਕੀ ਆ ਜੂਗਾ, ਕਾਮਨ, ਇਹ ਕੀ ਬਣ ਜੂ, 1 ਪਲੱਸ ਐਕਸ ਵਾਈ ਪਲੱਸ ਐਕਸ ਵਾਈ ਸਕੇਅਰ, ਐਂ ਚੱਲਦਾ ਚੱਲਦਾ
एक्स वाई की पावर एन माइनस वन। देखो एक्स वाई कितना आ गया सी वन, एक्स वाई का स्क्वेयर भी कितना आजू वन, सारा चलता चलते की बन जू वन। हुण वन नू आपां किन्ने टाइम्स ऐड किया एन टाइम्स, क्योंकि टोटल टर्म्स किनिया सी एन इंटू की आजू यह एन। हुण ए वन इंटू बी वन की वैल्यू आप कट लैने कि आऊगा, ए वन किन्ना टू रूट थ्री, बी वन किन्ना फिफ्टी टू रूट थ्री अपॉन नाइन, फिफ्टी टू इंटू टू वन जीरो फोर, रूट थ्री इंटू रूट थ्री थ्री, थ्री अपॉन नाइन वन बाय थ्री। तो आंसर अपना आऊगा कि वन जीरो फोर अपॉन थ्री एन। वेरी ईजी क्वेश्चन, हुण तुहानूं आप ही सौखे लगन लग जाएंगे क्योंकि आप दो तीन क्वेश्चन कर ले ए सौखे लगन लग जाने। फिर इहनूं भी नोट करो, यह जहा क्वेश्चन मैं एक्सपैक्ट करदा जेई मेन च आराम आ सकता। पॉज करो, नोट करो, लैक्चर थ्री पार्ट वन का आप लास्ट क्वेश्चन करते हैं। एक होर क्वेश्चन भेजा वे बच्चे ने, यह भी बहुत वधिया क्वेश्चन हैगा। हुण देखियो जिहड़ा अगला क्वेश्चन करूँ वह च कुछ स्टैप मिस करूँगा मैं, वो डायरैक्टली थोड़े आप ही दिमाग च आई जाएंगे। अगला क्वेश्चन करन तो पहला की करो, तुसी वीडियो पॉज करो, जिहड़ा फस्ट क्वेश्चन किया सी उहनूं आप ही दुबारा करके देखो, थोड़ा कॉन्फिडेंस वधूगा। हाँ जी क्वेश्चन की है, देखो क्लास टेंथ विच भी तुसी ऐसे क्वेश्चन किए होंगे जो करांगे, उस एपी विच किए हैं, ये जीपी विच करना है। क्वेश्चन फोर्थ सॉरी की है, एम प्लस एनथ टर्म ऑफ जीपी इज पी, ते एम माइनस एनथ टर्म ऑफ जीपी इस क्यू, शो डैट एमथ टर्म इज रूट पी क्यू, ते एनथ टर्म इज पी इंटू क्यू अपॉन पी दी पावर एम अपॉन टू एल। क्लीयर है? हाँ जी सेम क्वेश्चन है, देखो एम प्लस एनथ टर्म दी भी है, एम माइनस एनथ टर्म दी भी है, एमथ टर्म लभनी है तो एनथ टर्म लभनी है, की करोगे फर्स्ट टर्म लभोगे तो कॉमन रेशियो लभोगे। किन्ने वेरीएबल्स? दो वेरीएबल्स। इक्वेशन भी कितनी दी हुई हैं? दो दी हुई हैं। आ प्रूव करनी है आप चीज़। चलो स्टार्ट करते हैं, एम प्लस एनथ टर्म की हो, एम माइनस एनथ टर्म की हो, पहला स्टेप की सी दोनों की कर दो डिवाइड आर दी पावर। देखो आवल एम उपर जाके की होगा माइनस, कैंसिल हो जू, आवल एन उपर जाके होगा प्लस, एन की होगा उपर जाके प्लस, एन प्लस एन टू एन, इतने माइनस वन है, आ माइनस वन उपर जाके बनूगा प्लस वन, कैंसिल हो जूगा। देख रहे हो डायरैक्ट किवें होंगे हैं? पहले क्वेश्चन में एक एक स्टैप मैं इलैबोरेटली दसिया सी, चौथे क्वेश्चन तक
ਆਪਾਂ ਆ ਕੇ ਡਾਇਰੈਕਟਲੀ ਕਰਨ ਲੱਗ ਗਏ ਸਟੈਪ, ਦਿਮਾਗ ਵਿੱਚ ਹੀ ਹੋ ਜੂਗੀ ਕੈਲਕੂਲੇਸ਼ਨ ਇਹ। ਹੁਣ ਆਰ ਦੀ ਵੈਲਿਊ ਕੀ ਕਿਹਾ ਸੀ ਉਧਰ, ਕੀ ਹੈ ਪਾਵਰ, ਕੀ ਕਰ ਦਿਓ ਰੈਸੀਪ੍ਰੋਕਲ, ਚਲੋ ਜੀ ਖਟੈਕ ਆਰ ਦੀ ਵੈਲਿਊ ਆ ਗਈ, ਕਿਤੇ ਮਰਜ਼ੀ ਪੁੱਟ ਕਰ ਦਿਓ, ਪਹਿਲੀ ਕੁਸ਼ਚਨ 'ਚ ਪੁੱਟ ਕਰ ਦਿੰਦੇ ਹਾਂ। ਏ ਇੰਟੂ ਆਰ, ਆਰ ਦੀ ਵੈਲਿਊ ਕਿੰਨੀ ਦਿੱਤੀ ਹੈ, ਸਾਰੀ ਪੀ ਅਪੋਨ ਕਿਊ, ਆਹ ਪਾਵਰ ਕਿੰਨੀ ਹੈ, ਐਮ ਪਲੱਸ ਐਨ ਮਾਈਨਸ ਵਨ, ਇਹਦੀ ਹੋਲ ਪਾਵਰ 1.2n ਹੈ, ਅਤੇ ਇੱਥੇ ਕੀ ਆ ਜੂਗਾ 2n ਇਜ ਇਕੁਅਲ ਟੂ ਕੀ ਆ ਗਿਆ, ਪੀ ਆ ਗਿਆ। ਹੁਣ ਇੱਥੋਂ ਏ ਦੀ ਵੈਲਿਊ ਕਿੰਨੀ ਆ ਜੂ, ਕਿਊ ਉੱਧਰ ਕੀ ਹੋ ਜੂਗਾ, ਉੱਪਰ ਹੋ ਜੂਗਾ ਬਸ, ਕਿਊ ਅਪੋਨ ਪੀ ਦੀ ਪਾਵਰ ਐਮ ਪਲੱਸ ਐਨ ਮਾਈਨਸ 1 ਅਪੋਨ 2n, ਅਲੱਗ ਅਲੱਗ ਕਰਕੇ ਹੁਣ ਹੀ ਲਿਖ ਲੈਂਦੇ ਆਪਾਂ। ਏ ਦੀ ਪਾਵਰ ਪੀ ਅਪੋਨ ਪੀ ਦੀ ਪਾਵਰ ਕੀ ਹੈ, ਐਮ ਪਲੱਸ ਐਨ ਮਾਈਨਸ 1 ਅਪੋਨ 2n ਇੰਟੂ, ਕਿਊ ਦੀ ਪਾਵਰ ਕੀ ਹੈ, ਐਮ ਪਲੱਸ ਐਨ ਮਾਈਨਸ 1 ਅਪੋਨ 2n। ਆਹ ਪਾਵਰ ਉੱਪਰ ਹੈ ਕੀ ਹੋਜੂਗੀ, ਮਾਈਨਸ, ਪਾਵਰ ਉੱਪਰ ਹੈ ਕੀ ਹੋਜੂਗੀ, ਮਾਈਨਸ ਪੀ ਦੀ ਪਾਵਰ 1 ਮਾਈਨਸ ਐਮ ਪਲੱਸ ਐਨ ਮਾਈਨਸ 1 ਅਪੋਨ 2n ਇੰਟੂ ਕਿਊ ਦੀ ਪਾਵਰ ਐਮ ਪਲੱਸ ਐਨ ਮਾਈਨਸ 1 ਅਪੋਨ 2n। ਹੁਣ ਇੱਥੇ ਐਲਸੀਅਮ ਕਿੰਨਾ ਆਜੂ ਪਾਵਰ ਵਿੱਚ, 2n, 2n ਸਾਈਨ ਸਾਰੇ ਚੇਂਜ ਕਰਾਂਗੇ, ਮਾਈਨਸ ਐਮ ਮਾਈਨਸ ਐਨ ਪਲੱਸ 1 ਇੰਟੂ ਕਿਊ ਦੀ ਪਾਵਰ ਐਮ ਪਲੱਸ ਐਨ ਮਾਈਨਸ 1 ਔਨ 2n। ਏ ਦੀ ਵੈਲਿਊ ਕਿੰਨੀ ਆ ਗਈ ਦੇਖੋ, 2n ਮਾਈਨਸ ਐਨ, ਐਨ ਮਾਈਨਸ ਐਮ ਪਲੱਸ 1 ਇੰਟੂ ਕਿਊ ਦੀ ਪਾਵਰ ਅਪੋਨ 2n, ਸੋਰੀ ਐਮ ਪਲੱਸ ਐਨ ਮਾਈਨਸ 1 ਅਪੋਨ 2n। ਏ ਆ ਗਿਆ ਅਤੇ ਆਪਣੇ ਕੋਲ ਕੀ ਆ ਗਿਆ, ਆਰ ਆ ਗਿਆ। ਹੁਣ ਪਹਿਲਾਂ ਮੈਂ ਲੱਭਦਾ ਐਮਥ ਸਟਰਮ, ਐਮਥ ਸਟਰਮ ਕੀ ਆਊਗੀ, ਏ ਇੰਟੂ ਆਰ ਕਿੰਨਾ ਆਪਣੇ ਕੋਲ, ਪੀ ਅਪੋਨ ਕਿਊ ਦੀ ਪਾਵਰ 1/2n। ਜੇ ਐਮ ਸਟਰਮ ਲੱਭਣੀ ਇਹਦੀ ਪਾਵਰ ਕੀ ਕਰੂੰਗਾ, ਆਰ ਦੀ ਐਮ ਕਿ ਐਮ ਮਾਈਨਸ 1, ਐਮ ਮਾਈਨਸ 1, ਆਰ ਦੀ ਪਾਵਰ ਕੀ ਕਰੂੰਗਾ, ਐਮ ਮਾਈਨਸ 1। ਚਲੋ ਅੱਗੇ, ਹੁਣ ਕੀ ਬਣ ਗਿਆ, ਹੁਣ ਜੇ ਦੇਖੀਏ ਇੱਥੇ ਪੀ ਦੀ ਪਾਵਰ ਆਊਗੀ ਕੀ, ਐਮ ਮਾਈਨਸ 1 ਅਪੋਨ 2n, ਪੀ ਇੱਥੇ ਵੀ ਨਿਊਮੀਰੇਟਰ ਵਿੱਚ, ਇੱਥੇ ਵੀ ਨਿਊਮੀਰੇਟਰ ਵਿੱਚ, ਦੋਨੋਂ ਪਾਵਰਸ ਕੀ ਹੋਣਗੀਆਂ, ਐਡ ਹੋਣਗੀਆਂ, ਪਾਵਰਸ ਐਡ ਕਰ ਦਿਓ, ਪੀ ਦੀ ਪਾਵਰ ਐਨ ਮਾਈਨਸ ਐਮ ਪਲੱਸ 1, ਇੱਥੇ ਵੀ ਡਿਨੋਮੀਨੇਟ 2n ਹੀ ਹੈ, ਪਲੱਸ ਐਮ ਮਾਈਨਸ 1 ਅਪੋਨ 2n, ਇੱਥੇ ਕਿਊ ਦੀ ਪਾਵਰ ਇੱਥੇ ਕਿੰਨੀ ਸੀ, ਐਮ ਪਲੱਸ ਐਨ ਮਾਈਨਸ 1। ਹੁਣ ਇੱਥੇ ਕਿਊ ਕਿੱਥੇ ਹੈ, ਡਿਨੋਮੀਨੇਟਰ ਵਿੱਚ, ਜਦੋਂ ਉੱਪਰ ਲੈ ਕੇ ਆਵਾਂਗੇ ਇਹਦੀ ਪਾਵਰ ਕੀ ਹੋਊਗੀ, ਮਾਈਨਸ, ਅਤੇ ਇੱਥੇ ਪਲੱਸ ਐਮ ਸੀ ਕੀ ਆ ਜੂਗਾ, ਮਾਈਨਸ ਐਮ, ਮਾਈਨਸ 1 ਸੀ ਕੀ ਆ ਜੂਗਾ, ਪਲੱਸ 1 ਅਪੋਨ 2n। ਮਾੜਾ ਜ਼ੂਮ ਕਰਕੇ ਦੇਖ ਲਿਓ, ਇੱਥੇ ਏ ਦੀ ਪਾਵਰ ਐਮ, ਮਾਈਨਸ ਐਮ ਨਾਲ ਪਲੱਸ ਐਮ ਕੱਟਿਆ ਗਿਆ, 1 ਨਾਲ ਮਾਈਨਸ 1 ਕੱਟਿਆ ਗਿਆ, ਪੀ ਦੀ ਪਾਵਰ ਐਨ ਅਪੋਨ 2n, ਇੱਥੇ ਐਮ ਨਾਲ ਐਮ ਗਿਆ, ਮਾਈਨਸ 1 ਨਾਲ 1 ਗਿਆ, ਕਿਊ ਦੀ ਪਾਵਰ ਐਨ ਬਾਏ 2n, ਕੀ ਬਣ ਗਿਆ ਇਹ, ਪੀ ਦੀ ਪਾਵਰ 1/2, ਕਿਊ ਦੀ ਪਾਵਰ 1/2, ਪੀ ਦੀ ਪਾਵਰ 1/2 ਕੀ ਹੁੰਦਾ, ਰੂਟ ਪੀ, ਕਿਊ ਦੀ ਪਾਵਰ 1/2 ਕੀ ਹੁੰਦਾ, ਰੂਟ ਕਿਊ, ਆਂਸਰ ਕਿੰਨਾ ਆਜੂ, ਰੂਟ ਪੀ ਕਿਊ। ਬਹੁਤ ਸੌਖਾ ਹੈ, ਹੌਲੀ ਹੌਲੀ ਪ੍ਰੈਕਟਿਸ ਕਰੋਗੇ ਹੋਣ ਲੱਗ ਜਾਓ। ਤੁਸੀਂ ਕੀ ਕਰਨਾ, ਨਿਊ NCERT ਚੱਕੋ, ਉਹਦੀ 8.2 ਅਤੇ ਮਿਸਲੇਨੀਅਸ ਐਕਸਰਸਾਈਜ਼ ਸੋਲਵ ਕਰਨ ਲੱਗੋ ਸਾਰੇ ਬੱਚੇ।
ਜਿੰਨੇ ਡਾਊਟ ਆਉਂਦੇ ਹੈ ਮੈਂ ਇੱਥੇ ਹੈਗਾ, ਮੈਨੂੰ ਭੇਜੋ, ਮੈਂ ਕਰਾਊਂਗਾ। ਅਗਲੇ ਲੈਕਚਰ ਵਿੱਚ ਤੁਹਾਡੀ ਐਂਸਰ ਡਾਊਟ ਲਊਂਗਾ, ਤੁਹਾਨੂੰ ਇੱਕ ਦੋ ਦਿਨ ਦਿੰਦਾ ਹੈਗਾ, ਆਰਾਮ ਨਾਲ ਕਰੋ, ਮੇਰੇ ਤੋਂ ਡਾਊਟ ਲਓ। ਔਰ ਇਹ 'ਚ ਡੈਪਰੀਸੀਏਸ਼ਨ ਵਾਲੇ ਕੁਸ਼ਚਨ ਹਲੇ ਛੱਡ ਦਿਓ ਅਤੇ ਕੰਪਾਊਂਡ ਇੰਟਰਸਟ ਵਾਲੇ, ਬਾਕੀ ਕੁਸ਼ਚਨ ਕਰ ਲਓ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਹੋਰ ਕੀ ਲੱਭਣ ਨੂੰ ਕਿਹਾ ਇਹਨਾਂ ਨੇ? ਐਨਥ ਸਟਰਮ। ਹੁਣ ਜਦੋਂ ਐਨਥ ਸਟਰਮ ਕਰੂੰਗਾ, ਆਹ ਚੀਜ਼ ਤਾਂ ਸੇਮ ਹੀ ਰਹੂ, ਇੱਥੇ ਕੀ ਆਜੂ? ਐਨ ਮਾਈਨਸ ਵਨ। ਕੀ ਆਜੂਗਾ? ਐਨ ਮਾਈਨਸ ਵਨ ਪੁਆਇੰਟ ਟੂ ਐਨ। ਹੁਣ ਆਪਾਂ ਦੇਖਦੇ ਹਾਂ, ਧਿਆਨ ਨਾਲ ਦੇਖੀਓ, ਡਾਇਰੈਕਟ ਕਰਾਂਗੇ। ਏ ਤਾਂ ਸੇਮ ਹੀ ਰਹੂ, ਬਸ ਆਰ ਦੀ ਪਾਵਰ ਐਨ ਮਾਈਨਸ ਵਨ ਵੱਧ ਜੂ। ਹੁਣ ਦੇਖੀਏ, ਪੀ ਦੀ ਪਾਵਰ ਕਿੰਨੀ ਸੀ? ਐਨ ਮਾਈਨਸ ਐਮ ਪਲੱਸ ਵਨ ਅਪੋਨ ਟੂ ਐਨ। ਹੁਣ ਪੀ ਦੀ ਪਾਵਰ ਕੀ ਹੋਜੂ? ਐਮ ਮਾਈਨਸ ਵਨ ਦੀ ਜਗ੍ਹਾ ਐਨ ਮਾਈਨਸ ਵਨ ਪੁਆਇੰਟ ਟੂ ਐਨ ਹੋਊਗੀ ਕਿ ਐਡ ਐਨ ਮਾਈਨਸ ਵਨ ਪੁਆਇੰਟ ਟੂ ਐਨ ਇਨ ਟੂ। ਕਿਊ ਦੀ ਪਾਵਰ ਇੱਥੇ ਕਿੰਨੀ ਸੀ? ਐਮ ਪਲੱਸ ਐਨ ਮਾਈਨਸ ਵਨ। ਕਿਊ ਦੀ ਪਾਵਰ ਇੱਥੇ ਕੀ ਆਜੂ? ਐਨ ਮਾਈਨਸ ਵਨ, ਪਰ ਹੋਣੀ ਕੀ ਹੈ? ਮਾਈਨਸ, ਤਾਂ ਮਾਈਨਸ ਐਨ ਪਲੱਸ ਵਨ ਅਪੋਨ ਟੂ ਐਨ। ਹੁਣ ਇੱਥੇ ਕੈਂਸਲ ਕੀ ਹੋਇਆ? ਇੱਥੇ ਕੈਂਸਲ ਨਹੀਂ ਕੁਛ ਹੋਊਗਾ, ਸਿਰਫ ਆਹ ਕੈਂਸਲ ਹੋਊਗਾ। ਜੇ ਆਪਾਂ ਦੇਖੀਏ, ਇੱਥੇ ਕੈਂਸਲ ਕੁਛ ਨਹੀਂ ਹੋਊਗਾ, ਸਿਰਫ ਓਵਲੀ ਚੀਜ਼ ਕੈਂਸਲ ਹੋ ਰਹੀ ਹੈ। ਇੱਕ ਵਾਰ ਧਿਆਨ ਨਾਲ ਵੀ ਦੇਖੋ। ਠੀਕ ਹੈ, ਹੁਣ ਇਹ ਕੀ ਬਚ ਗਿਆ? ਦੇਖੋ, ਪੀ ਦੀ ਪਾਵਰ ਟੂ ਐਨ ਮਾਈਨਸ ਐਮ ਅਪੋਨ ਟੂ ਐਨ ਇਨ ਟੂ ਕਿਊ ਦੀ ਪਾਵਰ ਐਨ ਨਾਲ ਐਨ ਗਿਆ, ਮਾਈਨਸ ਵਨ ਨਾਲ ਵਨ ਗਿਆ, ਕਿਊ ਦੀ ਪਾਵਰ ਐਮ ਅਪੋਨ ਟੂ ਐਨ। ਹੁਣ ਗੜਬੜ ਤੋਂ ਸਾਰੇ ਕੀ ਕਰਦੇ ਹੋ? ਉਹ ਚੀਜ਼ ਤੋਂ ਆਵਲੀ ਚੀਜ਼ ਬਣਾਉਣ 'ਚ ਉਲਝਦੇ ਹੋ। ਹੁਣ ਇਹਨੂੰ ਕੀ ਕਰੋ? ਬਹੁਤ ਸੌਖਾ। ਦੇਖੋ, ਪੀ ਦੀ ਪਾਵਰ ਟੂ ਐਨ ਅਪੋਨ ਟੂ ਐਨ। ਹੁਣ ਮਾਈਨਸ ਐਮ ਪੁਆਇੰਟ ਟੂ ਐਨ ਹੈ ਨਾ, ਪੀ ਦੀ ਪਾਵਰ ਦੇਖੋ ਟੂ ਐਨ ਪੁਆਇੰਟ ਟੂ ਐਨ ਮਾਈਨਸ ਐਮ ਪੁਆਇੰਟ ਟੂ ਐਨ ਇਨ ਟੂ ਕਿਊ ਦੀ ਪਾਵਰ ਐਮ ਪੁਆਇੰਟ ਟੂ ਐਨ। ਹੁਣ ਇਹਨੂੰ ਮੈਂ ਕੀ ਲਿਖ ਸਕਦਾ? ਬਹੁਤ ਧਿਆਨ ਨਾਲ, ਪੀ ਦੀ ਪਾਵਰ ਟੂ ਐਨ ਪੁਆਇੰਟ ਟੂ ਐਨ ਤਾਂ ਵਨ ਬਚ ਗਿਆ, ਵਨ। ਆਵਲੀ ਚੀਜ਼ ਨੀਚੇ ਕੀ ਹੋ ਜੂਗੀ? ਡਿਵਾਈਡ ਇਨ ਟੂ ਕਿਊ ਦੀ ਪਾਵਰ ਵੀ ਐਮ ਬਾਏ ਟੂ ਐਨ। ਹੁਣ ਇਹ ਕੀ ਬਚ ਜੂ? ਪੀ ਇਨ ਟੂ ਕਿਊ ਅਪੋਨ ਪੀ ਇਹਦੀ ਹੋਲ ਪਾਵਰ ਐਮ ਅਪੋਨ ਟੂ ਐਨ। ਦੇਖੋ, ਦਿਸ ਇਜ਼ ਆਰ ਆਨਸਰ। ਕੁਛ ਨਹੀਂ, ਥੋੜ੍ਹਾ ਜਿਹਾ ਇੱਥੇ ਦਿਮਾਗ ਲੱਗਣਾ, ਜ਼ੂਮ ਕਰਕੇ ਇਹਨੂੰ ਨੋਟ ਕਰੀਓ, ਦੁਬਾਰਾ ਸੋਲਵ ਕਰਕੇ ਦੇਖਿਓ। ਜੇ ਆਹ ਸਟੈਪ ਨਹੀਂ ਸਮਝ ਆਇਆ, ਯੂਟਿਊਬ 'ਤੇ ਕਮੈਂਟ ਛੱਡੋ, ਦੌਰਾ ਕਰਵਾ ਦੂੰਗਾ, ਕੋਈ ਦਿੱਕਤ ਨਹੀਂ ਹੈਗੀ। ਕਲੀਅਰ ਹੈ? ਆਹ ਚਾਰ ਕੁਸ਼ਚਨ ਆਪਾਂ ਚੰਗੀ ਤਰ੍ਹਾਂ ਕਰੋ, ਉਸ ਤੋਂ ਬਾਅਦ ਤੁਸੀਂ ਐਨ ਸੀ ਆਰ ਟੀ ਸਟਾਰਟ ਕਰੋ। ਹੁਣ ਅਗਲੇ ਲੈਕਚਰ ਵਿੱਚ ਮੈਂ ਐਨ ਸੀ ਆਰ ਟੀ ਫਿਨਿਸ਼ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਆਪਾਂ ਚੈਪਟਰ ਵਾਈਂਡ ਅਪ ਕਰੀਏ। ਕਲੀਅਰ ਹੈ? ਓਕੇ, ਪੌਜ਼ ਕਰੋ, ਇਹਨੂੰ ਨੋਟ ਕਰੋ। ਹੁਣ ਅਗਲੇ ਪਾਰਟ ਵਿੱਚ ਆਹੀ ਲੈਕਚਰ ਦੇ ਨਾਲ ਆਊਗਾ, ਉੱਥੇ ਆਪਾਂ ਕੰਪਾਊਂਡ ਇੰਟਰਸਟ ਨੂੰ ਐਕਸਪਲੋਰ ਕਰਾਂਗੇ। ਓਕੇ।